ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਇੱਕ ਵਿਚਾਰ ਨੁਕਤਾ ਸਾਂਝਾ ਕਰਨਾ ਹੈ ਜਿਹੜੀ ਕਿ ਕਿਸਾਨ ਵੀਰ ਕਈ ਵਾਰ ਆਪਾਂ ਬੇਪਰਵਾਹੀ ਕਹਿ ਲਿਏ ਹਨ ਗੈਲੀ ਕਹਿ ਰਹੀਏ ਜਾਂ ਲਾਪਰਵਾਹੀ ਕਹਿ ਲਿਏ ਜਾਂ ਆਪਾਂ ਘੌਲ ਕਹਿ ਰਹੀਏ ਚਟਕੀ ਭਾਸ਼ਾ ਦੇ ਵਿੱਚ ਵੀ ਚਲ ਕੋਈ ਨਹੀਂ ਆਪਾਂ ਅਗਲੀ ਵਾਰ ਦੀ ਅਗਲੀ ਵਾਰ ਵੇਖੀ ਜਾਊਗੀ ਇਹ ਗਲਤੀ ਆਪਾਂ ਕਰਦੇ ਆਂ ਤੇ ਜਿਹਦਾ ਆਪਾਂ ਨੂੰ ਕਈ ਵਾਰ ਜਿਹੜਾ ਹੈਗਾ ਨੁਕਸਾਨ ਹੁੰਦਾ ਜਾਂ ਆਪਾਂ ਨੂੰ ਮੌਕੇ ਤੇ ਜਿਹੜੀ ਹੈਗੀ ਹੈ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਝੋਨੇ ਦੀ ਫਸਲ ਹੁਣ ਤਕਰੀਬਨ ਕਟਾਈ ਲਈ ਤਿਆਰ ਹੈ ਵੱਖ-ਵੱਖ ਕਿਸਮਾਂ ਤੁਸੀਂ ਲਾਈਆਂ ਨੇ ਤੇ ਉਹਨਾਂ ਦਾ ਤੁਹਾਨੂੰ ਫਸਲ ਵੀ ਖੇਚ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਕਿਸਮ ਵਧੀਆ ਹੈ ਤੇ ਕੀ ਪਰਫਾਰਮ ਕਰੂਗੀ ਇਹਦੇ ਵਿੱਚ ਫੋਕ ਬਣ ਗਈ ਹੈ ਇਹਦੇ ਵਿੱਚ ਬਿਮਾਰੀ ਪੈ ਗਈ ਹੈ ਤੇ ਕੱਟਣ ਤੋਂ ਪਹਿਲਾਂ ਆਪਾਂ ਨੂੰ ਤਕਰੀਬਨ ਝਾੜ ਦੰਦਾ ਜਦ ਲੱਗ ਜਾਂਦਾ ਜਿਵੇਂ ਕਿ ਜੇ ਮੈਂ ਗੱਲ ਕਰਾਂ ਕਿ ਪੀਆਰ 126 ਇੱਕ ਨੰਬਰ ਖੜੀ ਹੈ ਤੇ ਕੀ ਕਿਸਮ ਵਧੀਆ ਝਾੜ ਹੋਣ ਦੀ ਆਸ ਹੈ ਹੋਰ ਵੀ ਪੀਆਰ ਕਿਸਮਾਂ ਵਧੀਆ ਪਰਫਾਰਮ ਕਰ ਰਹੀਆਂ ਨੇ ਪੀਆਰ 121 ਆ ਜਿਵੇਂ 22 ਐ 28 29 ਐ 30 31 ਐ ਕਈ ਜਗ੍ਹਾ ਦੇ ਉੱਤੇ ਕਈ ਕੰਪਲੇਂਟਸ ਆਈਆਂ ਨੇ ਕੋਈ ਸਮੱਸਿਆ ਬਿਮਾਰੀ ਦੀ ਜਾਂ ਹੋਰ ਆ ਬਾਕੀ ਫਸਲ ਜਿਹੜੀ ਹੈਗੀ ਵਧੀਆ ਖੜੀ ਐ ਹਾਂ ਉਹਦੇ ਵਿੱਚ ਜਿਹੜੀ ਆਪਾਂ ਗਲਤੀ ਕਰ ਦੇਣ ਗੈਲੀ ਕਰਦੇ ਕਿ ਆਪਾਂ ਕਿਸਾਨ ਵੀਰੋ ਆਪ ਦਾ ਬੀਜ ਨਹੀਂ ਰੱਖਦੇ ਹੈਗੇ ਕਈ ਵਾਰ ਕੀ ਹੁੰਦਾ ਕਿ ਆਪਾਂ ਜਿਹੜੀ ਮੌਕੇ ਤੇ ਕਹਿ ਦਿੰਨੇ ਆ ਕਿ ਜੇ ਜਿਹੜੀ ਕੋਈ ਫਸਲ ਚੰਗੀ ਹੋਈ ਆ ਕਿ ਉਹਨੂੰ ਜਦੋਂ ਵੱਢ ਲਿਆ ਤੇ ਮੌਕੇ ਤੇ ਮੰਡੀ 'ਚ ਆਪਾਂ ਗੱਟਾ ਭਰ ਲੈਨੇ ਆ। ਕਈ ਵਾਰ ਆਪਾਂ ਨੂੰ ਮੰਡੀ 'ਚ ਪਤਾ ਲੱਗਦਾ ਕਿ ਉਹ ਫੁਲਾਨੇ ਦੀ ਜਿਹੜੇ ਯਾਰ ਝਾੜ ਬੜਾ ਵਧੀਆ ਜਾਂ ਕੁਆਲਿਟੀ ਉਹਦੀ ਦਾਣਾ ਹੀ ਬੜਾ ਵਧੀਆ। ਉੱਥੋਂ ਆਪਾਂ ਉਹਦੇ ਢੇਰ 'ਚ ਕਹਿ ਦਿੰਨੇ ਯਾਰ ਸਾਨੂੰ ਬੀਜ ਦੇ ਦੇ। ਉਹ ਜਿਹੜੀ ਹੈਗੀ ਆ ਇਹੇ ਜੀ ਗਲਤੀ ਜਾਂ ਆਪਾਂ ਬੀਜ ਨਾ ਰੱਖਣਾ। ਇਹ ਜਿਹੜੀ ਹੈਗੀ ਬਰਾਬਰ ਹੀ ਆਪਾਂ ਕਹਿ ਲਈਏ। ਕਿਉਂਕਿ ਜੇ ਆਪਾਂ ਆਪ ਦਾ ਬੀਜ ਰੱਖਾਂਗੇ ਤਾਂ ਅਗਲੇ ਸਾਲ ਆਪਾਂ ਜਦੋਂ ਬਜਾਈ ਕਰਨੀ ਉਹ ਤੋਂ ਪਹਿਲਾਂ ਉਹਦੀ ਜਰਮੀਨੇਸ਼ਨ ਵੀ ਚੈੱਕ ਕਰ ਲਾਂਗੇ ਆਪਾਂ ਨੂੰ ਕੋਈ ਸਮੱਸਿਆ ਨਹੀਂ ਹੋਊਗੀ ਸਾਡੇ ਕੋਲ ਬੀਜ ਹੈ ਨਹੀਂ ਆਪਾਂ ਜ਼ਿਆਦਾਤਰ ਕਿਸਾਨ ਵੀਰ ਕੀ ਕਰਦੇ ਕਿ ਆਪਾਂ ਪਰਸੋਂ ਪਨੀਰੀ ਬੀਜਣੀ ਆ ਤੇ ਦੋ ਦਿਨ ਪਹਿਲਾਂ ਆਪਾਂ ਜਿਹੜਾ ਬੀਜ ਦਾ ਪ੍ਰਬੰਧ ਕਰਦੇ ਆ ਜਾਂ ਕਈ ਵਾਰ ਆਪਾਂ ਇੱਕ ਵਾਰ ਪਨੀਰੀ ਬੀਜ ਲਈ ਉਹ ਚ ਕੋਈ ਜਰਮੀਨੇਸ਼ਨ ਦੀ ਸਮੱਸਿਆ ਆ ਗਈ ਤੇ ਦੁਬਾਰਾ ਆਪਾਂ ਨੂੰ ਕਈ ਵਾਰ ਬੀਜ ਨਹੀਂ ਲੱਭਦਾ ਪਿਛਲੀ ਵਾਰ ਪੀਆਰ 126 ਚ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਦੇਖਣ ਨੂੰ ਮਿਲੀ ਬਹੁਤ ਹੀ ਕਿਉਂਕਿ ਝੋਨੇ ਦੇ ਵਿੱਚ ਆਪਾਂ ਨੂੰ ਕੁਆਂਟੀਟੀ ਵੀ ਥੋੜੀ ਚਾਹੀਦੀ ਆ ਬੀਜ ਵਾਸਤੇ ਪਰ ਇਕੜ ਵਾਸਤੇ 7-8 ਕਿਲੋ ਬੀਜ ਆਪਾਂ ਰੱਖਣਾ ਤਾਂ ਉਹਦੇ ਵਾਸਤੇ ਕਿਸਾਨ ਵੀਰੋ ਕਿਰਪਾ ਕਰਕੇ ਕਮੈਂਡ ਨਾ ਵੱਢਿਆ ਹੋਇਆ ਬੀਜ ਨਹੀਂ ਆਪਾਂ ਰੱਖਣਾ ਆਪਾਂ ਜਿਹੜਾ ਨਰੋਈ ਫਸਲ ਆਪਾਂ ਚੁਣਨੀ ਜਿੱਥੇ ਕੋਈ ਬਿਮਾਰੀ ਹੈ ਨਹੀਂ ਰੋਗ ਰਹਿ ਤੰਦਰੁਸਤ ਬੂਟੇ ਚੁਣਨੇ ਆ ਚਾਹੇ ਆਪਾਂ ਨੂੰ ਇਕੱਲਾ-ਇਕੱਲਾ ਸਿਲੈਕਟ ਕਰਨਾ ਪਵੇ ਜੇ ਜ਼ਿਆਦਾ ਰਕਬਾ ਤਾਂ ਤੁਸੀਂ ਇੱਕ ਪਲਾਟ ਸਿਲੈਕਟ ਕਰ ਸਕਦੇ ਆ ਆਸੇ-ਪਾਸਿਓਂ ਜਿਹੜਾ ਬਾਰਡਰ ਬਾਰਡਰ ਏਰੀਆ ਉਹ ਲਾਈਨ ਆ ਵੜ ਦਿਓ ਵਿਚਾਲੋਂ ਜਿਹੜੇ ਸਾਫ਼ ਇੱਕਸਾਰ ਬੂਟੇ ਉਹ ਚੁਣ ਲੋ ਜੇ ਘੱਟ ਵੀ ਰੱਖਣਾ ਤਾਂ ਕੱਲਾ ਕੱਲਾ ਵਧੀਆ ਬਿਮਾਰੀ ਰਹਿਤ ਇੱਕ ਨੰਬਰ ਬੂਟੇ ਤੁਸੀਂ ਚੁਣ ਕੇ ਉਹ ਵੱਢੋ ਵੱਖਰੇ ਉਹ ਝਾੜਨੇ ਆ ਡਰਮ ਨਾਲ ਝਾੜਨੇ ਆ ਕੋਈ ਥਰੈਸ਼ਿੰਗ ਨਹੀਂ ਕਰਨੀ ਉਹਦੀ ਕੋਈ ਕਮੈਂਡ ਨਾ ਨਹੀਂ ਵੱਢਨੇ ਬੂਟੇ ਤੁਸੀਂ ਸਾਈਡ ਤੇ ਰੱਖ ਕੇ ਉਹਨਾਂ ਨੂੰ ਹਵਾ ਲਵਾ ਕੇ ਪੂਰਾ ਮੋਇਸਚਰ ਜਦੋਂ ਸੈੱਟ ਹੋ ਗਿਆ ਡਰਮ ਤੇ ਇੱਕ ਵਾਰੀ ਮਾਰੋ ਜਿਹੜਾ ਬੀਜ ਉਹ ਝੜ ਗਿਆ ਇੱਕ ਨੰਬਰ ਬੀ ਆ ਉਹ ਪੂਰਾ ਭਾਰਾ ਦਾਣਾ ਕੁਆਲਿਟੀ ਵਧੀਆ ਹੋਊਗੀ ਰੋਗ ਰਹਿ ਤੁਸੀਂ ਆਪ ਦੇਖ ਲੈਣਾ ਕਿ ਰੋਗ ਰਹਿਤ ਹੈਗਾ ਕਿ ਨਹੀਂ ਹੈਗਾ ਉਹ ਇੱਕ ਨੰਬਰ ਬੀ ਆ ਉਹਨੂੰ ਆਪਾਂ ਪੱਖਾ ਲਾ ਕੇ ਉਹਦੀ ਵੀ ਗਾਂ ਗ੍ਰੇਡਿੰਗ ਕਰ ਲੋ ਕਿ ਉਹ ਚ ਵੀ ਕੋਈ ਹੌਲਾ ਦਾਣਾ ਨਾ ਹੋਵੇ ਤੇ ਉਹਨੂੰ ਜਿਹੜਾ ਸਾਫ਼ ਸੁਥਰੇ ਆਪਦੇ ਢੋਲ ਚ ਭਰ ਕੇ ਰੱਖ ਲੋ ਤੇ ਅਗਲੀ ਵਾਰ ਕਰਨ ਚੌਂਗਲ ਆਪਣੇ ਤੇ ਨਜ਼ਾਰੇ ਨਾਲ ਆਪਾਂ ਜਿਹੜਾ ਹੈਗਾ ਬੀਜ ਉਹਦਾ ਆਪਾਂ ਸੋਧਾਂਗੇ ਤੇ ਬੀਜ ਲਵਾਂਗੇ ਵਰਨਾ ਆਪਾਂ ਨੂੰ ਕੀ ਹੁੰਦਾ ਕਿ ਕਈ ਵਾਰ ਬੀਜ ਮੌਕੇ ਤੇ ਨਹੀਂ ਮਿਲਦਾ ਜਾਂ ਮਹਿੰਗਾ ਮਿਲਦਾ ਜਾਂ ਆਪਾਂ ਨੂੰ ਕੋਈ ਜਿਹੜਾ ਹੈਗਾ ਮੌਕੇ ਤੇ ਬੀਜ ਦੀ ਕਿੱਲਤ ਆ ਜਾਂਦੀ ਸੋ ਇਹ ਇੱਕ ਇੱਕ ਸਮੱਸਿਆ ਕਰਕੇ ਆਪਾਂ ਘਰ ਦਾ ਬੀਜ ਜ਼ਰੂਰ ਰੱਖੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਤੰਦਰੁਸਤ ਰਹੋ ਖੁਸ਼ ਰਹੋ